ਚਾਈਨਾ ਡੋਰ ਦੀ ਦੁਰਵਰਤੋਂ ਕਰਨ ਕਰਕੇ ਇੰਨੀਆਂ ਮੰਦਭਾਗੀਆਂ ਘਟਨਾਵਾਂ ਹੋਣ ਦੇ ਬਾਵਜੂਦ ਵੀ ਪਤੰਗਾਂ ਦੇ ਸ਼ੌਕੀਨ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਬਾਜ਼ ਨਹੀਂ ਆ ਰਹੇ, ਜਿਸ ਕਰਕੇ ਇਹ ਮੰਦਭਾਗੀਆਂ ਘਟਨਾਵਾਂ ਅੱਜ ਵੀ ਵਾਪਰ ਰਹੀਆਂ ਹਨ। ਅੱਜ ਸ਼ਾਮੀ ਰੂਪਨਗਰ ਦਾ ਇੱਕ ਦੁਕਾਨਦਾਰ ਆਪਣੀ ਦੁਕਾਨ ਬੰਦ ਕਰਕੇ ਨਿਰੰਕਾਰੀ ਭਵਨ ਰੂਪਨਗਰ ਕੋਲ ਆਪਣੇ ਘਰ ਕਨੌਲੀ ਨੂੰ ਜਾ ਰਿਹਾ ਸੀ ਤਾਂ ਅਚਾਨਕ ਇੱਕ ਚਾਈਨਾ ਡੋਰ ਉਸਦੀ ਗਰਦਨ ਵਿੱਚ ਫਸ ਗਈ ਅਤੇ ਗਰਦਨ ਤੇ ਗੰਭੀਰ ਕੱਟ ਲੱਗ ਗਿਆ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਭਰਤੀ ਕਰਾਇਆ ਗਿਆ, ਜਿੱਥੇ ਉਸਦੀ ਗਰਦਨ ਤੇ 16 ਟਾਂਕੇ ਲੱਗੇ ਹਨ। ਪੀੜਤ ਵਿਅਕਤੀ ਦੀ ਪਛਾਣ ਦੀਪਕ ਰਾਏ ਵਜੋਂ ਹੋਈ ਹੈ, ਜੋ ਕਨੌਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਸਦੇ ਪੁੱਤਰ ਮਿਆਂਕ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੇ ਬਾਈਕ ਦੇ ਪਿੱਛੇ ਬੈਠਾ ਸੀ, ਪਰ ਉਹ ਡੋਰ ਤੋਂ ਵਾਲ-ਵਾਲ ਬਚ ਗਿਆ। ਉਸਦੇ ਪਿਤਾ ਦੀ ਗਰਦਨ ਤੇ ਗੰਭੀਰ ਕੱਟ ਲੱਗ ਗਿਆ। ਸਿਵਲ ਹਸਪਤਾਲ ਵਿੱਚ ਮੌਜੂਦ ਪੀੜਤ ਦੇ ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ ਦੇ ਖਿਲਾਫ ਮੁਹਿੰਮ ਆਰੰਭੀ ਜਾਵੇ ਅਤੇ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਕਿੱਥੋਂ ਆ ਰਹੇ ਸੀ ਜੀ? ਮੇਰੇ ਨਾਮ ਜੀ ਨੀਰਖਾ ਗੋਬਿੰਦ ਜਿਹੜਾ ਫਲਾਈਓਵਰ ਜੀ, ਅਸੀਂ ਆਪਣੀ ਸ਼ੋਪ ਬੰਦ ਕਰਕੇ ਜੀ ਆ ਰਹੇ ਸੀ ਘਰ ਨੂੰ, ਉੱਥੇ ਹੀ ਉੱਥੇ ਗਰਦਨ ਜਿਹੜੀ ਡੋਰ ਫਸੀ ਜੀ, ਮੇਰੇ ਹੱਥ ਪਰ ਵੱਜੀ, ਮੈਂ ਹੱਥ ਮੂਹਰੇ ਕਰਦਾ ਜੀ, ਕਾਰ ਬਚਾ ਹੋ ਗਈ, ਗਰਦਨ ਦੀ ਜਾਨ ਲੱਗ ਗਈ, ਹੁਣ ਕਹਿੰਦੇ ਪੀਏ ਬੱਚੀ ਸੈਕਟਰੀ ਆ ਗਏ ਜੀ। ਕਿੱਥੋਂ ਆ ਰਹੇ ਸੀਗੇ, ਕਿੰਨੇ ਵਜੇ ਦਾ ਸਮਾਂ ਸੀਗਾ, ਕਿਆ ਕੰਮ ਕਰਦੇ? ਸਾਡੀ ਸ਼ੋਪ ਹੈ ਜੀ, ਅਸੀਂ ਸ਼ੋਪਰ ਰਿਪੇਅਰ ਕਰਦੇ ਜੀ, ਸਾਡੀ ਦੁਕਾਨ ਹੈ ਜੀ, ਅਸੀਂ ਇੱਥੇ ਆ ਰਹੇ 6:45 ਮਿੰਟ ਹੋਣੀ ਹੈ, ਇਸੀ ਟਾਈਮ 'ਤੇ ਆ ਰਹੇ ਜੀ। ਅੱਛਾ, ਘਰ ਕਿੱਥੇ ਆ? ਸਾਡੇ ਘਨੌਲੀ ਹੈ ਜੀ। ਜੀ ਮੇਰੇ ਨਾਮ ਜੀ ਨੀਰਖਾ ਗੋਬਿੰਦ ਜਿਹੜਾ ਫਲਾਈਓਵਰ ਜੀ, ਅਸੀਂ ਆਪਣੀ ਸ਼ੋਪ ਬੰਦ ਕਰਕੇ ਜੀ ਆ ਰਹੇ ਸੀ ਘਰ ਨੂੰ, ਉੱਥੇ ਹੀ ਉੱਥੇ ਗਰਦਨ ਜਿਹੜੀ ਡੋਰ ਫਸੀ ਜੀ, ਮੇਰੇ ਹੱਥ ਪਰ ਵੱਜੀ, ਮੈਂ ਹੱਥ ਮੂਹਰੇ ਕਰਦਾ ਜੀ, ਕਾਰ ਬਚਾ ਹੋ ਗਈ, ਗਰਦਨ ਦੀ ਜਾਨ ਲੱਗ ਗਈ, ਹੁਣ ਕਹਿੰਦੇ ਪੀਏ ਬੱਚੀ ਸੈਕਟਰੀ ਆ ਗਏ ਜੀ। ਕਿੱਥੋਂ ਆ ਰਹੇ ਸੀਗੇ, ਕਿੰਨੇ ਵਜੇ ਦਾ ਸਮਾਂ ਸੀਗਾ, ਕਿਆ ਕੰਮ ਕਰਦੇ? ਸਾਡੀ ਸ਼ੋਪ ਹੈ ਜੀ, ਅਸੀਂ ਸ਼ੋਪਰ ਰਿਪੇਅਰ ਕਰਦੇ ਜੀ, ਸਾਡੀ ਦੁਕਾਨ ਹੈ ਜੀ, ਅਸੀਂ ਇੱਥੇ ਆ ਰਹੇ 6:45 ਮਿੰਟ ਹੋਣੀ ਹੈ, ਇਸੀ ਟਾਈਮ 'ਤੇ ਆ ਰਹੇ ਜੀ। ਅੱਛਾ, ਘਰ ਕਿੱਥੇ ਆ? ਸਾਡੇ ਘਨੌਲੀ ਹੈ ਜੀ। ਦੀਪਕ ਰਾਏ ਨਾਮ ਹੈ ਪੇਸ਼ੈਂਟ ਦਾ, ਇਹ 2-wheeler 'ਤੇ ਜਾ ਰਹੇ ਸੀ ਆਪਣੇ ਬੇਟੇ ਨਾਲ, ਅਤੇ ਰਸਤੇ ਜਾਂਦੇ ਜਾਂਦੇ ਕੋਈ ਡੋਰ ਕਹਿ ਰਿਹਾ ਲਟਕ ਰਹੀ ਸੀਗੀ, ਉਹ ਇਹਨਾਂ ਦੇ ਗਲੇ ਦੇ ਆਸ ਪਾਸ ਲਿਪਟ ਗਈ, ਉਹਦੇ ਕਰਕੇ ਇਹਨਾਂ ਦੇ ਗਰਦਨ 'ਤੇ ਕਾਫੀ ਵੱਡਾ ਕੱਟ ਆਇਆ, 16-17 ਸਟਿਚ ਲੱਗੇ ਹੈ, ਅਤੇ ਫਰਦਰ ਇਹਨਾਂ ਨੂੰ ਟ੍ਰੀਟਮੈਂਟ ਵਾਸਤੇ ਆਪਾਂ 32 ਰੈਫਰ ਕਰ ਰਹੇ ਹਾਂ, ਅਤੇ ਆਪਣੇ ਵੱਲੋਂ ਆਪਾਂ ਫਸਟ ਏਡ ਦੇ ਦਿੱਤੀ ਇਹਨਾਂ ਨੂੰ।